ਗੱਲ ਕਰਦੇ ਹਾਂ ਦਿੱਲੀ ਐਮਸੀ ਦੀ ਚੋਣਾਂ ਦੀ। ਦਿੱਲੀ ਨਗਰ ਨਿਗਮ ਚੋਣਾਂ ਲਈ ਅੱਜ ਵੋਟਿੰਗ ਹੋਈ ਹੈ। ਦਿੱਲੀ ਨਗਰ ਨਿਗਮ ਦੇ 270 ਵਾਰਡਾਂ ਲਈ ਵੋਟਿੰਗ ਪ੍ਰਕਿਰਿਆ ਅਮਨ ਅਮਾਨ ਨਾਲ ਨਿਪਟੀ ਚੜੀ। ਇੱਥੇ 2570 ਉਮੀਦਵਾਰਾਂ ਦੀ ਕਿਸਮਤ ਵੋਟਿੰਗ ਮਸ਼ੀਨਾਂ ਵਿੱਚ ਕੈਦ ਹੋ ਗਈ। ਇਹਨਾਂ ਵੋਟਾਂ ਦੇ ਨਤੀਜੇ 26 ਅਪ੍ਰੈਲ ਨੂੰ ਐਲਾਨੇ ਜਾਣਗੇ। ਅੱਜ ਪਈਆਂ ਵੋਟਾਂ ਲਈ ਲੋਕਾਂ ਵਿੱਚ ਉਤਸ਼ਾਹ ਘੱਟ ਵੇਖਿਆ ਗਿਆ। ਖ਼ਬਰਾਂ ਲਿਖੇ ਜਾਣ ਤੱਕ ਤਕਰੀਬਨ 40% ਵੋਟਾਂ ਪੋਲ ਹੋਈਆਂ ਸਨ। ਵੋਟਾਂ ਦੇ ਮੱਦੇਨਜ਼ਰ ਹਰ ਪਾਰਟੀ ਦੇ ਆਗੂ ਵੱਲੋਂ ਆਪੋ ਆਪਣੇ ਜਿੱਤ ਦਾ ਦਾਅਵਾ ਕੀਤਾ ਗਿਆ। ਇਸ ਮੌਕੇ ਤੇ ਅਕਾਲੀ ਭਾਜਪਾ ਗੱਠਜੋੜ ਦੇ ਉਮੀਦਵਾਰ ਪਰਮਜੀਤ ਸਿੰਘ ਰਾਣਾ ਨੇ ਕਿਹਾ ਕਿ ਉਹਨਾਂ ਵੱਲੋਂ ਸਭ ਦਾ ਸਾਥ ਸਭ ਦਾ ਵਿਕਾਸ ਦੇ ਨਾਅਰੇ ਤੇ ਵੋਟਾਂ ਵਿੱਚ ਹਿੱਸਾ ਲਿਆ ਗਿਆ ਸੀ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀਕੇ ਵੀ ਮੌਜੂਦ ਰਹੇ, ਜਿਨ੍ਹਾਂ ਇਹਨਾਂ ਚੋਣਾਂ ਵਿੱਚ ਬੀਜੇਪੀ ਵੱਲੋਂ ਮਿਸ਼ਨ ਕਲੀਨ ਸਵੀਪ ਸਫਲ ਹੋਣ ਦਾ ਭਰੋਸਾ ਜਤਾਇਆ। ਤਕਰੀਬਨ ਮੈਂ ਕੋਈ 20 ਕੌਂਸਟੀਚੁਐਂਸੀਆਂ 'ਚ ਹੋ ਕੇ ਆਇਆ। ਹਰ ਜਗ੍ਹਾ 'ਤੇ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਗਠਬੰਧਨ ਦਾ ਜ਼ੋਰ ਹੈ। ਮੈਨੂੰ ਲੱਗਦਾ ਕਿ ਜੋ ਅਸੀਂ ਸੋਚਦੇ ਪਏ ਸੀਗੇ ਕਿ ਦਿੱਲੀ ਕਲੀਨ ਸਵੀਪ ਹੋਏਗੀ, ਉਹੀ ਰਿਜ਼ਲਟ ਰਹਿਣਗੇ ਸਾਰੇ। ਮੈਨੂੰ ਲੱਗਦਾ ਕਿ ਅੱਜ ਪੂਰਾ ਦੇਸ਼ ਜਿਹੜਾ ਹੈ ਉਹ ਮੋਦੀ ਸਾਹਿਬ ਦੇ ਨਾਲ ਉਹਨਾਂ ਦੀ ਪੋਲਿਸੀ ਦੇ ਨਾਲ ਚੱਲ ਰਿਹਾ, ਔਰ ਅਕਾਲੀ ਦਲ ਭਾਜਪਾ ਦਾ ਜਿਹੜਾ ਗੱਠਜੋੜ ਹੈ ਅੱਜ ਤੁਹਾਨੂੰ ਇੱਥੇ ਬਹੁਤ ਲੋਕਾਂ ਦਾ ਹੁੰਗਾਰਾ ਮਿਲ ਰਿਹਾ। ਮੈਂ ਸਭ ਦਾ ਧੰਨਵਾਦ ਕਰਦਾ ਜਿਹੜੇ ਵੋਟਿੰਗ ਕਰਨ ਆ ਰਹੇ ਨੇ, ਔਰ ਮੈਨੂੰ ਲੱਗਦਾ ਕਿ ਜਿਹੜਾ ਇੱਕ ਨਾਰਾ ਸੀ ਸਬਕਾ ਸਾਥ ਸਬਕਾ ਵਿਕਾਸ, ਉਹਨੂੰ ਲੈ ਕੇ ਸਭ ਚੱਲ ਰਹੇ ਹਾਂ, ਜਿਹੜਾ ਆਉਣ ਵਾਲੇ 5 ਸਾਲਾਂ ਦੇ ਵਿੱਚ ਦਿੱਲੀ ਨੂੰ ਬਹੁਤ ਲੰਬੀਆਂ ਉਚਾਈਆਂ 'ਤੇ ਲੈ ਕੇ ਜਾਏਗਾ। ਔਰ ਮੈਂ ਦਿੱਲੀ ਦੀ ਜਨਤਾ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮਾਨਯ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੀ ਜਿਹੜੀ ਸੋਚ ਹੈ ਉਸ 'ਤੇ ਪੈਰਾ ਦੇ ਰਹੇ ਨੇ। ਦੇਖੋ, ਲੋਕਾਂ ਦਾ ਪੂਰਾ ਉਤਸ਼ਾਹ ਹੈ ਬੀਜੇਪੀ ਦੇ ਨਾਲ, ਔਰ ਮੋਦੀ ਜੀ ਦੀ ਪੂਰੀ ਲਹਿਰ ਹੈ ਦਿੱਲੀ ਦੇ ਅੰਦਰ। ਦਿੱਲੀ ਦੇ ਅੰਦਰ ਅਸੀਂ ਘੱਟ ਤੋਂ ਘੱਟ 250 ਸੀਟਾਂ ਜਿੱਤਣ ਜਾ ਰਹੇ ਹਾਂ। ਅਤੇ ਸਾਡੀ ਪਾਰਟੀ ਪਹਿਲੇ ਵੀ ਸਾਡੀ ਇੱਥੇ ਕੌਂਸਲਰ ਸਾਡੇ ਸੀਗੇ, ਨੇ ਬਹੁਤ ਅੱਛੇ ਕੰਮ ਕੀਤੇ, ਪਾਰਕਾਂ ਦੀ ਬੜੀ ਅੱਛੀ ਡਿਵੈਲਪਮੈਂਟ ਕੀਤੀ ਹੈ। ਅਸੀਂ ਤਾਂ ਕੋਸ਼ਿਸ਼ ਇਹੀ ਕਰਾਂਗੇ ਜਿਹੜੀ ਉਹ ਰਫ਼ਤਾਰ ਉਹਨਾਂ ਨੇ ਬਣਾਈ ਹੈ ਅਸੀਂ ਉਹਨੂੰ ਕੰਟੀਨਿਊ ਰੱਖਾਂਗੇ, ਔਰ ਬਾਕੀ ਹੋਰ ਹਾਈਟੈਕ ਕਰਨ ਦਾ ਸਾਡਾ ਬੜਾ ਪਲਾਨ ਹੈ। MCD ਨੂੰ ਹਾਈਟੈਕ ਕੀਤਾ ਜਾਏਗਾ, ਜਿਸ ਤਰ੍ਹਾਂ ਅੱਜ ਕੱਲ੍ਹ ਤੁਸੀਂ ਦੇਖਦੇ ਹੋ ਹਰ ਕੰਮ ਮੋਬਾਈਲ ਦੇ ਥਰੂ ਐਪ ਦੇ ਥਰੂ ਹੁੰਦਾ ਹੈ, ਅਤੇ ਹਰ ਚੀਜ਼ ਐਪ ਦੇ ਥਰੂ ਕੀਤੀ ਜਾਏਗੀ, ਚਾਹੇ ਉਹ ਕੰਪਲੇਂਟ ਹੈ ਜਾਂ ਕੁਛ ਵੀ ਹੋਏ, ਕਿਸੇ ਨੂੰ ਜਾਣ ਦੀ ਜ਼ਰੂਰਤ ਨਾ ਪਏ, ਘਰੋਂ ਬੈਠੇ ਸਾਰੇ ਕੰਮ ਹੋਣ। ਕਾਫੀ ਪੋਜ਼ਿਟਿਵ ਰਿਸਪੌਂਸ ਮਿਲ ਰਿਹਾ ਹੈਗਾ ਏਰੀਆ ਤੋਂ, ਬਾਕੀ ਬਾਬਾ ਜੀ ਮਿਹਰ ਕਰਨ ਕਿ ਆਉਂਦਾ ਰਿਜ਼ਲਟ ਦੇਖਦੇ ਹਾਂ। 26 ਤਰੀਕ ਨੂੰ ਉਮੀਦ ਹੈ ਕਿ ਮੋਦੀ ਜੀ ਦੀ ਜਿੱਤ ਹੋਏਗੀ। ਸਭ ਦਾ ਸਬਕੇ ਸਾਥ ਸਬਕਾ ਵਿਕਾਸ ਦੇ ਲੈ ਕੇ ਜਿਹੜਾ ਚੱਲੇ ਮੋਦੀ ਜੀ, ਅਤੇ ਉਮੀਦ ਹੈ ਕਿ ਬਾਕੀ ਅੱਗੇ ਦੇਖੋ ਬਾਬਾ ਜੀ ਦੀ ਕਿੰਨੀ ਮਿਹਰ ਹੁੰਦੀ ਹੈ।